ਬਾਰ ਜ਼ਬਾਨ ਕੋ ਨਹੀਂ ਮਾਰੀ, ਅੱਜ ਜ਼ਬਾਨ ਕੋ ਦਰਦ ਆਈ। ਮੈਂ ਕਿਹਾ ਜ਼ਬਾਨ ਨਹੀਂ ਮਾਰਨੀ ਚਾਹੀਦੀ। ਪਾਣੀ ਪਾਣੀ ਪੀਉਣ ਤੋਂ ਬਾਅਦ ਨਾ ਇਹ ਘੁਮਾਟੀਆਂ ਲੈ ਸੁਣ ਦੂ ਤਰੇ ਤੇ ਛੋੜ ਖੜੇ। ਨਹੀਂ ਨਹੀਂ ਮੇਰੀ ਪਿੱਛਾ ਦਿਓ ਵਾਲਾ ਨੂੰ ਘਰਾ ਨਹੀਂ ਹਟਾ ਦਿੰਦਾ। ਅੱਛਾ ਮੈਂ ਅੱਗੇ ਨਹੀਂ ਹਟਾ ਰਹੀ ਤੇ ਹੁਣ ਕਿੱਥੇ ਦੇਣਾ ਮੈਂ ਹੁਣ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸਲਾਮ ਅਲੈਕੁਮ, ਤੁਸਾਂ ਦੇ ਪਏ ਯੂਟਿਊਬ ਚੈਨਲ ਮਿੱਤਲਾ ਵਲੌਗ ਅਫੀਸ਼ੀਅਲ ਤੇ ਮੇਰਾ ਨਾਮ ਅਮਲੇ ਕੁਮਰ ਯਾਦ। ਉਮੀਦ ਕਰੇ ਨਾ ਸਭ ਤੋਂ ਪਹਿਲੇ ਸਾਰੇ ਦੋਸਤ ਖੈਰ ਖਰੀਅਤ ਨਾਲ ਉਸ ਠੀਕ ਹੋ ਸੋ। ਅੱਲਾਹ ਪਾਕ ਸਾਰਿਆਂ ਨੂੰ ਸਲਾਮਤ ਰੱਖੇ, ਮੈਂ ਵੀ ਠੀਕ ਹਾਂ। ਉਸ ਤੋਂ ਬਾਅਦ ਅੱਜ ਦੀ ਮਜ਼ੇਦਾਰ ਵੀਡੀਓ ਸ਼ੁਰੂ ਕਰਨ ਪਏ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਲਦੀ ਜਲਦੀ ਮਾਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ। ਜਿਹਨਾਂ ਦੋਸਤਾਂ ਵਾਲੀ ਤੁਹਾਡੀ ਚੈਨਲ ਨੂੰ ਸਬਸਕ੍ਰਾਈਬ ਕੋ ਨਹੀਂ ਕੀਤਾ, ਮਿਹਰਬਾਨੀ ਕਰਕੇ ਜਲਦੀ ਜਲਦੀ ਕਰ ਲਓ ਸਬਸਕ੍ਰਾਈਬ। ਨਹੀਂ ਤਾਂ ਉਹ ਮਿਹਨਤ ਤਰਲੇ ਵਾਲੀ ਗੱਲ ਹੋ ਜਾਣੀ। ਮਿਹਨਤ ਤਰਲੇ ਕਰੇ ਸੂ ਵੀ ਅੱਗੇ ਕਰੇ ਸੂ ਬਿਰਾਵਾਂ ਤੇ ਪੇਰ ਸ਼ੇਅਰ ਆਪਰੇ ਤੂੰ ਯਾਰ ਸਪੋਰਟ ਕੀਤੀ ਕਰੋ ਬਿਰਾ ਦੀ ਵੀਡੀਓ, ਸ਼ੇਅਰ ਲਾਈਕ ਕਮੈਂਟ ਹਰ ਸ਼ੈ ਕੀਤੀ ਕਰੋ ਯਾਰ। ਦਿਲ ਨੂੰ ਖੁਸ਼ੀ ਹੁੰਦੀ ਜਿਹੜੇ ਬਿਰਾ ਕਮੈਂਟ ਕਰਨ ਦਾ ਯਕੀਨ ਕਰ ਲਓ। ਉਸ ਤੋਂ ਬਾਅਦ ਅੱਜ ਜਿਹੜਾ ਇੱਥੋਂ ਦਾ ਮਾਹੌਲ ਹੈ ਯਕੀਨ ਕਰ ਲਓ, ਮੁਲਤਾਨ ਦਾ ਕੋਈ ਅਖੀਰ ਦਾ ਬਣਾ ਖੜਾ ਵਾਲਾ। ਅੱਜ ਕੁਵੀੜ ਪੈ ਗਏ, ਕੁਵੀੜ ਆਪਣਾ ਰਾਜ ਕਰ ਗਏ ਮੁਲਤਾਨ ਦੇ ਉੱਤੇ। ਟਾਈਮ ਹੋ ਗਿਆ ਸੀ 8:01, ਅਤੇ ਉਸ ਤੋਂ ਬਾਅਦ ਮੈਂ ਆਖਿਆ ਆਪਣੇ ਦੋਸਤਾਂ ਵੀਵਰਾਂ ਨੂੰ ਨਾ ਇੱਥੋਂ ਦਾ ਹਾਲ ਹਵੀਲਾ ਪੂਰਾ ਦੇਣੇ। ਹੁਣ ਹਾਲੀ ਮੰਜੀ ਚੋਣ ਦਾ ਟਾਈਮ ਹੈ, ਮੰਜੀ ਥਈ ਖਣੀ ਲੇਟ ਮੰਜੀ ਚੋਏ ਨੇ, ਉਹ ਤੁਹਾਨੂੰ ਉਡੀਖਿਆ ਨੇ। ਉਸ ਤੋਂ ਬਾਅਦ ਜਿਹੜੀ ਇੱਥੋਂ ਦੀ ਸੂਰਤ ਹਾਲ ਨਾ ਪੂਰੀ ਤੁਹਾਨੂੰ ਉਡਿਆ ਸੂ, ਤੁਸੀਂ ਸਾਰੇ ਨਾਲ ਰਹਿਣਾ, ਭੱਜੇ ਰੁਕਣਾ ਨਹੀਂ। ਅਤੇ ਬਾਕੀ ਅੱਲਾਹ ਪਾਕ ਜਿਹੜਾ ਯੂਟਿਊਬ 'ਤੇ ਬੰਦੇ ਮੇਰੇ ਵੀਰਾ, ਮੇਰੀ ਭੈਣਾਂ, ਦੋਸਤ, ਅਜ਼ੀਜ਼ ਜਿਤਨੇ ਵੀ ਕੰਮ ਕਰਦੇ ਪਹਿਲਾਂ ਪਾਕ ਉਹਨਾਂ ਨੂੰ ਕਾਮਯਾਬ ਕਰੇ। ਮੇਰੀ ਦੁਆ ਹੈ ਅੱਲਾਹ ਪਾਕ ਮੈਨੂੰ ਵੀ ਕਾਮਯਾਬ ਕਰੇ, ਤੁਸੀਂ ਦੁਆ ਕਰਨੀ ਹੈ। ਅਤੇ ਉਸ ਤੋਂ ਬਾਅਦ ਇਹ ਬੜਾ ਮਿਹਨਤ ਵਾਲਾ ਕੰਮ ਹੈ। ਕੱਲ੍ਹ ਪੂਰੀ ਜਵਾਰ ਜ਼ਬਾਨ ਕੋ ਨਹੀਂ ਮਾਰੀ, ਅੱਜ ਜ਼ਬਾਨ ਕੋ ਦਰਦ ਆਈ। ਮੈਂ ਕਿਹਾ ਅੱਜ ਸਵੇਰੇ ਸਵੇਰੇ ਉੱਠੀ ਕੇ ਜ਼ਬਾਨ ਸ਼ੁਰੂ ਕਰ ਦੂੰ, ਯਾਨੀ ਇਹ ਜ਼ਬਾਨ ਹੀ ਮਾਰਨੀ ਹੋਈ। ਮਜ਼ਾਕ ਲੈਣਾ ਵੀ ਯਾਰ, ਮਹਿਸੂਸ ਨਹੀਂ ਕਰਨਾ, ਗੱਪ ਛਾਪੀਆਂ ਸੁਣਾਉਣਾ। ਜ਼ਬਾਨ ਤਾਂ ਨਹੀਂ, ਇਹ ਰੋਜ਼ੀ ਦਾ ਵਸੀਲਾ ਹੈ। ਅਲਹਮਦੁਲਿਲਾ ਅੱਲਾਹ ਪਾਕ ਕਾਮਯਾਬ ਕਰੇ ਸੀ, ਤੁਸੀਂ ਮੇਰੇ ਨਾਲ ਰਹਿਣਾ। ਹੁਣ ਚੂਹੇ ਨੇ ਚੱਲ ਕੇ ਮੰਜੀ ਅਤੇ ਅੰਦਰ ਚੱਲ ਮਿਲਦੇ ਇਨਸ਼ਾਅੱਲਾ, ਇਨਸ਼ਾਅੱਲਾ ਹੈ। ਹੋਏ ਹੋਏ ਮੈਂ ਪੀਆ ਥੱਕ ਕੇ ਵੀ ਰਾਵਾਂ, ਕੀ ਕਰੂੰ ਦੱਸੋ ਕੀ ਕਰੂੰ। ਚਲਦੇ ਹਾਂ ਕੋਈ ਪਾਣੀ ਛਾਣੀ ਪੀਣੇ। ਪਾਣੀ ਛਾਣੀ ਪੀਉਣ ਤੋਂ ਬਾਅਦ ਨਾ ਇਹ ਘੁਮਾਟੀਆਂ ਲੈ ਸੂ ਦੂ ਤਰੇ ਤੇ ਅਸੀਂ ਦਿਓ ਐਸੂ। ਆ ਗਏ ਆਪਾਂ ਘਰ, ਉਸ ਤੋਂ ਬਾਅਦ ਇਨਸ਼ਾਅੱਲਾ ਜਿਹੜਾ ਨਾ ਇੱਥੋਂ ਦਾ ਤੁਹਾਨੂੰ ਮਾਹੌਲ ਚੈੱਕ ਕਰਾਂ। ਸਵੇਰੇ ਸਵੇਰੇ ਦੇਖ ਲਓ, ਮੁਰਗਾ ਹੀ ਮੁਰਗੀਆਂ ਦੇ ਨਾਲ ਵਧਾ ਸਵੇਰੇ ਸਵੇਰੇ ਹੀ। ਕੁੱਕੋ ਉਹ ਆਪਣਾ ਮੋਟਰਸਾਈਕਲ ਆਇਆ ਖੜਾ, ਸਵੇਰੇ ਸਵੇਰੇ ਇੱਥੇ ਆ ਖੜਾ। ਉਸ ਤੋਂ ਬਾਅਦ ਜਿਹੜਾ ਹੁਣ ਚੱਲਦੇ ਆਪਣੇ ਬਾਣੇ ਦੇ ਵਿੱਚ, ਉੱਥੇ ਤੁਹਾਨੂੰ ਪੁਜ਼ੀਸ਼ਨ ਲਿਖਿਆ ਨੇ। ਆਪਾ ਜਾ ਮੰਜੀ ਚੌਂਕ ਬੰਦਾ ਉੱਠ ਕੇ ਆ ਗਿਆ ਸਵੇਰੇ ਸਵੇਰੇ। ਇਹੋ ਬੰਦਾ ਕੰਮ ਦਾ ਮੇਰੇ ਘਰ ਦੇ ਵਿੱਚ ਆਇਆ ਵੀ ਅਲਹਮਦੁਲਿਲਾ। ਅਸਾਂ ਵੀਡੀਓ ਅੱਜ ਸਟਾਪ ਕਰਕੇ ਆਇਆ ਵਾ, ਉੱਤੋਂ ਦੇਖ ਲਓ ਰੌਣਕਾਂ ਲੱਗੀਆਂ ਪਈਆਂ। ਮੰਜੀਆਂ 'ਚ ਵਾੜਾ ਹੈ, ਪੋਸੀ ਛੋਸੀ ਸਵੇਰ ਨਾਲੇ ਰੈਡੀ ਪੈਡੀ ਹੋ ਗਏ। ਇਹ ਮੈਂ ਰਾਤ ਮਿਲੀ ਕੋਲ ਆਈ, ਇੱਕ ਹੁਣ ਚੂਹੇ ਨੇ ਪਹਿਲੇ ਨੰਬਰ 'ਤੇ, ਉਸ ਤੋਂ ਬਾਅਦ ਵੱਲ ਉਹਨੂੰ ਚੂਹੇ ਸੁਣ, ਉਸ ਨੂੰ ਵਾਲੀ ਇਹ ਦੇਰ ਵੱਲ ਮਾਸ਼ਾਅੱਲਾ ਨਾਲ ਛੋੜ ਬਾਈ ਕੱਟੇ ਦੇ ਨੇ ਮਿੰਟ ਲਾ ਰਿਹਾ ਅੱਜ ਤਾਂ ਤੇਰੀ ਦੇ ਰਹੇ ਹੋ ਅੱਜ ਇਹਦੇ ਕੋਲ ਕੱਟਾ ਛੁੱਟ ਪਹਿਲੇ ਹਾਂ ਪਹਿਲੇ ਵੀ ਚੱਲ ਲਈ ਤਾਂ ਛੋੜ ਇਹਦੇ ਕੋਲ ਕੱਟਾ ਕੋਨੇ ਵਿੱਚ ਛੁੱਟਣਾ ਤੁਹਾਨੂੰ ਪਹਿਲੇ ਆਦਾ ਵੀ ਮੈਂ ਨਹੀਂ ਛੁੱਟ ਗਈ ਮੇਰਾ ਪੁੱਤਰ ਹੁਣ ਵੱਡਾ ਸਾਰਾ ਬਾਈ ਮਾਸ਼ਾਅੱਲਾ ਵੱਲ ਚੰਗਾ ਤਾਂ ਬਈ ਉੱਡਲੀ ਤਾਂ ਛੋੜ ਖਣੇ ਨਹੀਂ ਨਹੀਂ ਅੱਛਾ ਤੈਨੂੰ ਪਤਾ ਹੈ ਕਿਉਂਕਿ ਮੈਂ ਬਾਈ ਅੱਜ ਪਹਿਲੀ ਦਫ਼ਾ ਤਕਰੀਬਨ ਕੋਈ ਦਿਆਦਾ ਨਹੀਂ ਤਾਂ ਕੋਈ ਡੇਢ ਸਾਲ ਬਾਅਦ ਅੱਜ ਪਹਿਲੀ ਦਫ਼ਾ ਜਿਹੜਾ ਨਾ ਕਿ ਚੂਹੀ ਤਾਂ ਲੈਂਦਾ ਕਹਿਣਾ ਮੈਂ ਫਲ ਅੱਜ ਛੋੜ ਛੁਣਿਆ ਦਾ ਜਾਂਦਾ ਪਿਆ ਕਿਉਂਕਿ ਡੂ ਫਲ ਨਹੀਂ ਕੋਈ ਦੂਵੇਂ ਕੱਟੇ ਨੇ। ਉਸ ਤੋਂ ਬਾਅਦ ਜਿਹੜਾ ਨਾ ਅੱਜ ਸਾਡੀ ਹੁਣ ਅੱਜ ਰੂਟੀਨ ਡੇਲੀ ਦੀ ਅਸੀਂ ਮੰਜਾਂ ਚੋਣ ਦੀ ਆਪ ਸੂਬਾ ਦੀਆਂ ਵੀ ਅਤੇ ਸ਼ਾਮ ਦੀਆਂ ਵੀ ਜਿਹੜੀ ਲੱਪ ਅਸੀਂ ਦੁੱਧ ਦੀ ਉਹ ਵੀ ਅਸਾਂ ਆਪ ਚੂਹੇ ਸੂ ਅਤੇ ਬੰਦਾ ਸਾਡਾ ਗਿਆ ਉਹਦ ਪੁੱਧ ਅਤੇ ਹੁਣ ਅਸੀਂ ਮਤਲਬ ਬਈ ਪਿੱਛੋਂ ਮਾਲਕ ਵੀ ਹੈ ਅਤੇ ਨੌਕਰ ਵੀ ਹੈ ਅੱਜ ਮਲਕਾਂ ਦੇ ਜਿਹੜੇ ਸਾਊਦੀ ਅਰਬ ਬੈਠਣ। ਬੇਟਾ ਮਿਹਰਬਾਨੀ ਕਰੋ ਵੀਡੀਓ ਤੇ ਠੀਕ ਕਰੋ ਵੀ ਇਹ ਕੁਝ ਨਹੀਂ ਵੇਖਣਾ ਅਤੇ ਪੈਸੇ ਜੈਸੇ ਨਹੀਂ ਵੇਚੀ ਜਾਂਦਾ ਤਾਂ ਚਲੋ ਵੀਡੀਓ ਦੇਖ ਲਈ ਕਰੋ ਕਿਵੇਂ ਜੀ ਆ ਆਹ ਵਾਲੇ ਹੁਣ ਸਾਰਾ ਕੱਟਣ ਦਾ ਪੀ ਵਾਂ ਇਹ ਢੇਰ ਸਾਰਾ ਟਾਈਮ ਲੈ ਗਏ ਤੁਹਾਡਾ ਯਾਦ ਰੱਖਿਆ ਬੁਲਾਇਆ ਨਾ ਪਿਆ ਮੈਨੂੰ ਤੁਹਾਨੂੰ ਮੈਂ ਵੱਲ ਵੱਲ ਆਦਾ ਪੀਏ ਵੱਲ ਭੈਣ ਸਾਈ ਮੱਝੀ ਲਈਆਂ ਚੋ ਢੂਏ ਚੋ ਲਈਆਂ ਨੀ ਚਲੋ ਮਾਸ਼ਾਅੱਲਾ ਇੱਕ ਤਾਂ ਦੁੱਧ ਸਾਈ ਥੋੜ੍ਹਾ ਜਿਹਾ ਇਹ ਅਤੇ ਥੋੜ੍ਹਾ ਜਿਹਾ ਇਸੇ ਤਰੀਕੇ ਨਾਲ ਜਿਹੜਾ ਨੂੰ ਦੁਆ ਦਾ ਦੁੱਧ ਕੀ ਦੇਖਣਾ ਇਕੱਠਾ ਅਤੇ ਹੁਣ ਤੂੰ ਸਾਈ ਉਹਨਾਂ ਨੂੰ ਲੈ ਚੱਲ ਚਾਹ ਅਤੇ
ਮੰਜੀ ਖਾਂਦੀਆਂ ਖੜੀਆਂ ਬੂੰ ਬੂੰ ਦੀ ਪੁਜ਼ੀਸ਼ਨ ਹੈ ਇਹ ਅਤੇ ਕੂਰਾ ਬੂੰ ਖੜੀਆਂ ਖਾਂਦੀਆਂ ਛੋਤੀਆਂ ਯਕੀਨ ਕਰ ਲਓ ਅਤੇ ਬਸ ਦੁੱਧ ਵਾਲੇ ਪਾਸੋਂ ਨਹੀਂ ਢਿੱਲੀਆਂ ਹੀ ਹੋ ਗਈਆਂ ਅਤੇ ਅੱਗੋਂ ਹੁਣ ਬਰਸੀਨ ਦਾ ਘਾਹ ਤਿਆਰ ਹੁੰਦਾ ਪੀ ਇਨਸ਼ਾਲਾ ਵਾਰ ਰੂਟੀਨ ਸੈੱਟ ਹੋਇਆ ਸੀ ਮੰਜੀ ਦੀ ਵੀ ਅਤੇ ਤੁਹਾਡੇ ਵੀਰਾਂ ਦੀ ਵੀ ਉਹ ਵਧੀਆ ਫੀਜ਼ੂ ਬਰਤਨ ਚਾਹੀਦੀ ਇਹ ਬੈਠਾ ਜੈਨੂੰ ਝੂਲੇ 'ਤੇ ਆਇਆ ਬੈਠਾ ਰੋਟੀ ਦੀ ਤਿਆਰੀ ਹੈ ਕਿਵੇਂ ਰੋਟੀ ਖਾ ਸਕ ਮੇਰੇ ਲਈ ਪੈ ਦੇ ਤੂੰ ਛੋਰੀਆਂ ਨਾਲ ਬਹੁਤ ਛੁਣ ਕਰ ਲਈ ਅੱਜ ਤਾਂ ਪੁੰਨੂ ਪਾ ਲੈ ਪੁੰਨੂ ਸਰਦੀ ਹੈ ਵੀ ਤਾਂ ਸਰਦੀ ਹੈ ਪੋ ਨਹੀਂ ਸਰਦੀ ਅਤੇ ਇਹ ਸੰਸਾਰੀ ਚਾਹ ਆ ਗਈ ਹੈ ਅਤੇ ਆਲੂ ਆ ਗਈ ਹੈ ਅਤੇ ਪਰਾਠਾ ਆ ਗਈ ਹੈ ਅਤੇ ਚੱਲ ਮੈਂ ਸ਼ੁਰੂ ਕਰ ਬਿਸ ਮਿਨਾ ਪੜ ਜਾ ਦੋਸਤ ਕਾਮਣੀ ਆਦੇ ਰਹੇ ਨਹੀਂ ਤਾਂ ਅਸਾਂ ਦਾ ਵਾਲਾ ਝੂਲੇ 'ਤੇ ਬਹਿਦੇ ਨਾਸ਼ਤਾ ਕਰੇ ਨੇ ਪਹਿਲਾਂ ਅਲਹਮਦੁਲਿਲਾ ਮਿਲਦਿਆਂ ਵੱਲ ਨਾਸ਼ਤੇ ਤੋਂ ਬਾਅਦ ਆ ਗਿਆ ਸਹੀ ਮੌਲਵੀਆਂ ਕੋਲੋਂ ਇੱਥੋਂ ਲੱਭਣਾ ਕੋਈ ਸਮਾਨ ਵਗੈਰਾ ਉਸਤਾਦਾਂ ਕੋਲ ਦੇਈ ਝਈ ਤੇ ਸ਼ਾਦੀਆਂ ਦੇ ਰੋਲੇ ਚੱਲਦੇ ਪੈਣ ਸਵੇਰ ਸਵੇਰ ਨਾਲ ਲਈਏ ਉਹ ਰਿਸ਼ਤਾ ਕਰਾਉਣਾ ਵਧੀਆ ਲਿਖ ਪੜ ਕਰ ਤੇ ਦਿੱਤੀ ਨਾ ਇਹ ਨੌ ਵਾਲਿਆਂ ਨੂੰ ਹਾਂ ਨੌ ਵਾਲਿਆਂ ਨੂੰ ਆਖ ਆਪਣੀ ਲੈ ਲਓ ਲਿਖ ਪੜ ਜਿਹੜਾ ਨਾ ਮੇਰੀ ਪਿੱਛਾ ਦਿਓ ਨੌ ਵਾਲੇ ਤੇਰੀ ਵੀਡੀਓ ਦੇਦੇ ਪੈਣ ਨੂੰ ਆਖ ਬਈ ਆਪਣੀ ਲੈ ਲਓ ਪਿੱਛਾ ਉਹ ਨਹੀਂ ਬਈ ਨਹੀਂ ਮੈਂ ਨਹੀਂ ਹਟਾ ਰਿਹਾ ਮੇਰੀ ਔਤ ਵਧਾਈ ਖੜੀ ਮੇਰੀ ਨਸਲ ਵਧਾਈ ਸੀ ਮੈਂ ਇਹਦਾ ਮਤਲਬ ਇਹ ਵੀਡੀਓ ਦੇ ਦਉਂਦਾ ਤਾਂ ਹੁਣ ਸਵਾਣੀ ਨੂੰ ਸੁਣਾਉਂਦਾ ਪਈ ਪੱਕਾ ਪਿਆ ਕਰੇ ਨਾ ਮੈਨੂੰ ਭਾਈ ਮੈਂ ਨੌ ਵਾਲਾ ਨੂੰ ਘਰਾ ਨਹੀਂ ਹਟਾ ਰਹਿੰਦਾ ਅੱਛਾ ਮੈਂ ਅੱਗੇ ਨਹੀਂ ਹਟਾ ਰਹੀ ਤੇ ਹੁਣ ਕਿੱਥੇ ਦੇਣਾ ਮੈਂ ਹੁਣ ਤਾਂ ਸਗਾ ਵਿੱਚ 6-7 ਸਜ਼ਾ ਤੇ ਜਾਈ ਖਾਣਾ ਤੂੰ ਹੀ ਹੈ ਨਾ ਸ਼ੁਕਰ ਅਲਹਮਦੁਲਿਲਾ ਭਾਈ ਬੱਗਾ ਮਤਲਬ ਇੱਕ ਬੱਗਾ ਸਾਹਿਬ ਹੋਰੀ ਨਾ ਇਹ ਸਾਰਾ ਤਮਾਕੂ ਪਟੇਲ ਤੇ ਬੈਣੀ ਦੇ ਆਖੇ ਨਹੀਂ ਲੱਗਣਾ ਪੁੱਠ ਪਿਛਲੀਆਂ ਹਵਾਈਆਂ ਲੈ ਗਈਆਂ ਯਾਰ ਦੇ ਯਾਰ 70 ਦੀ ਰੇਚ ਕਿੱਡੇ ਸਵੇਰ ਸਵੇਰ ਨਾਲ ਅਸਲਾਮ ਅਲੈਕੁਮ ਕੀ ਹਾਲ ਹੈ ਭਾਈ ਜਨ ਤਾਂ ਵੀ ਅਸੀਂ ਹੈ ਅਲਹਮਦੁਲਿਲਾ ਮੈਂ ਤਾਂ ਗੁੱਸਾ ਕਰਦੇ ਆਇਆ ਮੈਂ ਕਿਹਾ ਤੁਸੀਂ ਗੁੱਸਾ ਕਰਕੇ ਆਵੇ ਤੁਹਾਡੀ ਨੀਅਤ ਖਰਾਬ ਹੈ ਸਵੇਰ ਨਾਲ ਸਵੇਰ ਨਾਲ ਘਰੋਂ ਨਿਕਲੇ ਕਰੋ 100 ਰੁਪਏ ਦੇ ਅੱਲਾ ਨਬੀ ਦਾ ਨਾਮ ਲੈ ਕੇ ਜੇ ਨਾ ਮਿਲੋ ਬਿਸਮਿਲ੍ਲਾ ਪੜ੍ਹ ਦੇ ਬਿੱਲੋ ਮੈਂ ਅੱਜ ਬਿਸਮਿਲ੍ਲਾ ਪੜ੍ਹੂਗਾ ਕਿਉਂਕਿ ਜਿਹੜਾ ਬੰਦਾ ਪਹਿਲੀ ਬਿਸਮਿਲ੍ਲਾ ਪੜ੍ਹੇ ਉਹ ਖੁਦਾ ਦੇ ਨਜ਼ਦੀਕ ਆਉਂਦਾ ਪਹੁੰਚਾ ਖਾਣਾ ਨਜ਼ਦੀਕ ਇਨਸ਼ਾਅੱਲਾ ਇਹਨੂੰ ਰਸਤੇ ਪਹੁੰਚਾ ਹੋਗਾ ਤੁਹਾਨੂੰ ਲੈ ਲੈ ਕੀ ਹਾਲ ਹੈ ਠੀਕ ਹੋ ਬਾਈ ਤੁਸੀਂ ਸੁਣਾਓ ਉਸਤਾਦ ਕਿਤੇ ਲੋਕ ਦੇਈ ਸਿੰਘ ਉਸਤਾਦ ਕੋਲ ਲੈ ਕੇ ਹੁਣ ਪੈਣ ਨਿਕਲਦੇ ਤੇ ਚਾਤ ਪਹੁੰਚੇ ਘਰ ਇਹਦੀ ਸ਼ਕਲ ਦੇਖ ਲਓ ਤਲੂੜੀ ਖਾਵਣ ਦਾ ਕੋਹ ਨਹੀਂ ਵੇ ਨੱਕ ਸ਼ੱਕ ਵਾਈ ਖੜਾ ਇਹ ਹੁੰਦੇ ਤੂੰ ਕੰਮ ਲੰਘਾਈ ਖੜਾ ਕੀ ਚਾਹੁੰਦੇ ਵੇ ਤੂੰ ਸਾਨੂੰ ਮਿਲਣਾ ਸਵੇਰੇ ਸਵੇਰੇ ਦੱਸੋ ਤਾਂ ਸਹੀ ਹੈਂ ਕੁਝ ਨਹੀਂ ਵੇ ਚਾਹੁੰਦੇ ਬੋਲੀ ਕੋ ਰੋਟੀ ਪਕਾਉਣੀ ਨਹੀਂ ਆਉਂਦੀ ਇਵੇਂ ਬੋਲੀ ਹੈ ਕੀਤੀ ਆਈ ਸ਼ਾਹ ਦੀ ਬੋਲੀ ਨਾਲ ਦੇਖ ਲਓ ਸੜੀ ਤੂੜੀ ਹੋਈ ਬਾਲ ਨਾਲ ਰੋਟੀ ਖਵੇ ਸੀ ਹੁਣ ਸਮਾਨ ਇਤਰੀ ਜੀ ਚੇਂਜ ਕਰਨੀ ਵੀ ਪਤਾ ਨਹੀਂ ਕਿਹੜੇ ਲੈ ਕਰੇ ਨਾ ਮੈਂ ਮਜ਼ਾਕ ਦੇ ਮੂਡ 'ਚ ਕੋਹ ਨਹੀਂ ਮੈਂ ਮਜ਼ਾਕ ਦੇ ਮੂਡ 'ਚ ਕੋਹ ਨਹੀਂ ਮੀ ਕਰ ਲਈਏ ਤੁਸੀਂ ਨਾਸ਼ਤਾ ਚਲੋ ਦਿਹਾੜੀ ਤੇ ਚਲੋ ਦੂਏ ਨੇ ਚਲੋ ਅੱਗੂ ਲੱਗੋ ਚਲ ਪਾਓ ਜੁੱਤੀਆਂ ਤੇ ਦਿਹਾੜੀ ਤੇ ਬਿਸਮਿਲ੍ਲਾ ਅੱਗੂ ਲੱਗ ਦਿਹਾੜੀ ਤੇ ਚੱਲ ਕੋਈ ਨਾਸ਼ਤੇ ਦੀ ਲੋੜ ਕੋ ਨਹੀਂ ਅੱਗੂ ਲੱਗ ਦਿਹਾੜੀ ਤੇ ਭੇਜਣਾ ਪਈ ਇਹਨੂੰ ਚਲੋ ਤੂੰ ਅੱਗੂ ਲੱਗ ਚਲੋ ਮੱਝੀ ਦੀ ਫੋਸੀਆਂ ਮਿਲੋ ਚੱਲਦੇ ਇਹ ਮਲਕਾਂ ਨਾਲ ਗੱਪ ਸ਼ੱਪ ਲਾਈਏ ਮੱਲੇ ਕਰਿੰਦੇ ਪੈਣ ਨਾਸ਼ਤਾ ਅਤੇ ਨਾਸ਼ਤਾ ਕਰ ਲਵਣ ਅਤੇ ਫਿਰ ਉਸ ਤੋਂ ਬਾਅਦ ਮਿਲਦੇ ਹਾਂ ਬਾਈਆਂ ਨੂੰ ਮੈਂ ਕਿਹਾ ਤੁਹਾਨੂੰ ਹਾਲ ਅਵੀਲਾ ਪੂਰਾ ਦਿਉਂ ਅੱਜ ਬਰੇਕ ਸ਼ਰੇਕ ਵਿੱਚ ਕੋਹ ਨਹੀਂ ਲਾਈ ਤੁਹਾਡੇ ਵਿਆਹ ਨੇ ਤੁਹਾਡੇ ਵੀਰਾ ਤੁਹਾਨੂੰ ਵਲ ਵਲਾ ਤਾ ਪੀ ਮਿੰਟ ਲਾਓ ਕੋਈ ਟਾਈਮ ਹੁੰਦਾ ਇੱਥੇ ਰੇਹੜੀ ਆਉਂਦੀ ਜੀਂਦੀ ਜਾਗਦੀ ਦੋਸਤਾਂ ਨੂੰ ਪਤਾ ਹੋਈ ਉਹ ਰੇਹੜੀ ਹੈ ਲੱਡੀ ਖੜੀ ਹੈ ਉੱਤੇ ਸਮਾਨ ਸਮਾਨ ਲੜ ਲਈਏ ਮੇਰੇ ਵੀਰਾ ਮੇਲੇ ਦਾ ਮੁਕਾ ਤੇ ਪੈਂਦਾ ਪੀ ਅੱਜ ਕੱਲ੍ਹ ਨੂੰ ਦਿਹਾੜੀ ਕਿਤਨੀ ਲੈਂਦਾ ਖੜਾ 500
ਇਹ ਬੜਾ 300 ਰੁਪਏ ਤੋਂ ਜ਼ਿਆਦਾ ਦੀ ਯਾੜੀ ਕਹਿਣ ਨਾਲ ਇਹਦਾ ਪਾਣੀ ਕੋ ਪੂਰਾ ਦੇਣਾ ਕਰੇ ਹਾਂ ਰੋਟੀ ਖਵੇਂਦੇ ਰੋਟੀ ਖਵੇਂਦੇ ਬੰਦਾ ਨੇ ਕਿ ਯਾਰ ਪਹਿਲੇ ਸਾਰੇ ਛੋਲੇ ਤੇਰੇ ਕੋਲ ਲੈ ਆਉਂਦੇ ਤੇ ਤੇਰੀ ਪਬਲਿਕ ਸਿਟੀ ਕਰ ਦਿੱਤੀ ਤਾਂ 18 ਲੈ ਮੈਂ ਲੜਸਨ ਮੇਰਾ ਤਾਂ ਚੈਨਲ ਹੀ ਕਹਿ ਨਹੀਂ ਦੇਖਣਾ ਚਲੋ ਵਾਨ ਭਾਈਆ ਨਾਲ ਖੈਰ ਤੇ ਹੁਣ ਮੁਲਤਾਨ ਸਿੱਧਾ ਮੁਲਤਾਨ ਮੁਲਤਾਨ ਸਿੱਧਾ ਹੁਣ ਅਗਲਾ ਕਾਰੋਬਾਰ ਸੰਭਾਲਦਾ ਹੈ ਵਾਂਤੇ ਕਿਰਿਆਨੇ ਦੀ ਦੁਕਾਨ ਹੈ ਬਣੀ ਅੱਛਾ ਕਦੀ ਆਵੇ ਉਥਾ ਵੀ ਵੀਆਈਪੀ ਮੋਲ ਹੈ ਅੱਛਾ ਫੋਨ ਕਰਕੇ ਆਵਾਂ ਖਿਦਮਤ ਪੂਰੀ ਕਰੇ ਤੇ ਬਾਸ਼ ਨੌਕਰੀ ਕਰੇ ਸਰ ਕੋਈ ਦੁਕਾਨ ਹੈ ਨਾ ਆਉਂਦੇ ਪਏ ਭਾਈ ਜਦੋਂ ਮਰਜ਼ੀ ਆਵਾਂ ਠੀਕ ਹੋ ਗਿਆ ਵੰਜੋ ਨਾਲ ਖੈਰ ਦੇ ਮਹਾਰਾਜ ਹੋਇਆ ਨਾ ਭਾਈ ਪੈਂਡ ਛੱਡ ਪਿਆ ਗਿਆ ਕਿਹੜੇ ਡੇਲੀ ਮੰਗੇ ਲਈ ਖੜੇ ਇਹ YouTube ਚੈਨਲ ਬਣਾਇਆ ਹੋਇਆ ਮੈਂ ਉਸ ਵਜ੍ਹਾ ਕਰ ਅਸਲਾਮ ਅਲੈਕਮ ਭਾਈ ਜਾਨ ਪਿਆਰੇ ਭਾਈ ਕੀ ਹਾਲ ਹੈ ਅੱਧਾ ਕਿਲੋ ਗੋਸ਼ਤ ਦੇ ਉੱਚ ਸੋਹਣਾ ਕਰਕੇ ਬਣਾਉਣਾ ਜਿਵੇਂ ਉਹ ਜਿਵੇਂ ਬਣਾਉਂਦੇ ਹੁੰਦੇ ਵੇ ਬਗੈਰ ਅੱਡੀ ਵਾਲਾ ਇਹ ਹਾਲ ਇਹ ਹਵੀ ਲੈ ਮੈਂ ਕਿਹਾ ਸਵੇਰੇ ਸਵੇਰੇ ਨਾ ਮਾਲ ਸ਼ਾਲ ਪੂਰਾ ਲੈ ਲਓ ਉਸ ਤੋਂ ਬਾਅਦ ਜਦੋਂ ਅਗਲੀ ਪੋਜੀਸ਼ਨ ਕਰੇ ਨੇ ਇਸ ਬੰਦੇ ਨੇ ਸਮਝਾ ਲੈ ਕਹਿ ਕਹਿ ਲੈ ਗੋਸ਼ਤ ਜਿਹੜਾ ਨਾ 2 ਘੰਟੇ ਖੜਾਵਣ ਤੋਂ ਬਾਅਦ ਠੀਕ ਨਹੀਂ ਆ ਰਹਿੰਦਾ ਕੋਰਮਾ ਮਿਸਾਲ ਇੱਕ ਨੰਬਰ ਹੋਣਾ ਚਾਹੀਦਾ ਸਰ ਗਰੰਟੀ ਹੈ ਪੱਕੀ ਗੱਲ ਹੈ ਓਕੇ ਸਰ ਇੱਕ ਨੰਬਰ ਹੋਣਾ ਇਹ ਸ਼ਾਇਦ ਇੱਕ ਨੰਬਰ ਹੋਵੇ ਇਨਸ਼ਾਅੱਲਾ ਮਿਹਰਬਾਨੀ ਮੁਹੱਬਤਾਂ ਸਹੀ ਯਾਰੇ ਕੀ ਹਾਲ ਹੈ 50 ਦਾ ਮਿਸਾਲਾ ਤੇ ਦੇ ਦੇਵੇ ਵਿਦ ਸ਼ਕਲ ਦੇ ਨਾਲ ਉਹ ਨਾਲੇ ਸ਼ਕਲ ਭਜਾ ਹੁਣ ਅੱਗਾ ਪਿੱਛਾ ਨਾ ਭਾਰ ਜਾਵੇ ਮੇਰਾ ਮੋਟਰਸਾਈਕਲ ਕੜਾ ਵਿੱਚ ਆ ਲੈ ਮੈਨੂੰ ਲੱਗਦਾ ਪਰਲੇ ਕਾਵੜੇ ਹੀ ਖੜੇ ਉਹਦੇ ਨਾਲ ਦੇਵਨ ਭਈ ਇਹ ਬੰਦਾ ਕਿਹੜਾ ਨਹੀਂ ਖੜਾ ਜੋ ਵੀ ਚਾ ਲੈ ਜੇ ਨਾ ਕੋਈ ਹੈ ਨਹੀਂ ਮੈਂ ਤਾਂ ਮੋਟਰ ਵੇ ਵਾਲੇ ਕੋਈ ਅਫਸਰ ਸ਼ਫਰ ਹੈ ਨਾ ਗੈਸ ਵਾਲੇ ਇਹਨ ਤਾਂ ਸਰਕਾਰੀ ਬੰਦੇ ਯਾਰ ਕੋ ਜੀਓ ਵਜੇ ਇਹ ਤਾਂ ਜਲਦੀ ਤਿਲਕ ਦੇ ਵਦੇ ਮਿਹਰਬਾਨੀ ਚੋ ਸਾਹਿਬ ਥੈਂਕ ਯੂ ਓਕੇ ਬਾਏ ਆਪਣਾ ਮਿਸਾਲਾ ਵਗੈਰਾ ਹਰ ਸ਼ਾ ਫਾਈਨਲ ਹੋ ਗਏ ਬਾਕੀ ਰਹਿ ਗਿਆ ਗੋਸ਼ਤ ਉਹ ਲੈਣੇ ਆ ਤੇ ਵਾ ਲਗਾ ਨਹੀਂ ਚੱਲਦੇ ਆ ਇਨਸ਼ਾਅੱਲਾ ਐਂਡ ਸਹੀ ਆਪਣਾ ਗੋਸ਼ਤ ਵਾਲਾ ਕੰਮ ਹੀ ਹੋ ਗਿਆ ਅਲਹਮਦੁਲਿਲਾ ਹੁਣ ਇੱਥੋਂ ਪੈ ਨਿਕਲਦੇ ਇਨਸ਼ਾਅੱਲਾ ਅਗਾ ਚੱਲ ਮਿਲ ਤੁਹਾਨੂੰ ਦੋਸਤਾਂ ਨੂੰ ਇਹ ਹਾਲ ਹੀ ਵੇ ਆਪਾਂ ਅਸੀਂ ਪਹੁੰਚ ਗਏ ਕੋਟ ਸ਼ਬਾਦ ਦੇ ਬੰਦਿਆਂ ਦਾ ਹਿਸਾਬ ਕਿਤਾਬ ਹੈ ਢੇਰ ਬਚਦੇ ਓਏ ਰਾਹ ਹੀ ਬੰਦ ਕੇ ਦੀ ਖੜੇ ਤੁਹਾਨੂੰ ਪਤਾ ਲੱਗੀ ਯੂਟਿਊਬਰ ਆਪਣੇ ਦੇਖ ਲਓ ਆਪਣੇ ਕੰਮ ਬਹੁ ਕੀ ਹਾਲ ਹੈ ਸਿੱਧੇ ਹੋ ਕੇ ਮਿਲੋ ਯਾਰ ਮੈਨੂੰ ਮੇਰੇ ਕੋਲ ਟਾਈਮ ਹੁੰਦਾ ਵੇ ਥੋੜ੍ਹਾ ਬਲਕਿ ਰਹੋ ਉਹਨਾਂ ਦੇ ਪੈਸਿਆਂ ਤੂੰ ਰਹਿ ਵਾਂ ਜਾਏ ਠੀਕ ਹੈ ਕੀ ਹਾਲ ਹੀ ਵੇਸਾਂ ਕਹਿੰਦਾ ਬਾਲ ਲੁਕਾਈ ਵਾ ਤਾਂ ਅੱਛਾ ਮਾਸ਼ਾ ਅੱਲਾ ਇੱਕ ਤਾਂ ਅੱਧਾ ਕਿਲੋ ਦੇਈ ਦਿਓ ਜਿੱਥੋਂ ਘਾਟੀ ਹੋਵੇ ਪੱਕੀ ਗੱਲ ਹੋਵੇ ਅੱਧਾ ਕਿਲੋ ਦੇਈ ਦਿਓ ਉਸ ਤੋਂ ਬਾਅਦ ਨਾ ਉਹਨਾਂ ਦੇ ਪੈਸੇ ਦੱਸੋ ਕਿਤਨੇ ਦੁਆਰੇ ਦੇ ਆਉਣੇ ਉਸ ਤੋਂ ਬਾਅਦ ਇਹ ਦੱਸ ਦੀ ਭਾਈ ਸਾਹਿਬ ਕਿਦਾਂ ਤੁਹਾਡਾ ਸਾਡਾ ਕਲੀਅਰ ਹੋ ਜਾਣਾ ਕੀ ਸਲਾਹ ਹੈ ਤੁਹਾਡੀ ਦੱਸੋ ਮੈਨੂੰ ਸਲਾਮ ਮਰਜ਼ੀ ਬਣਾ ਲਓ ਹੁਣ ਬੋਤਲ ਕਿਡੂ ਆ ਗਈ ਯਾਰ ਮਾਫੀ ਰੋ ਦੇ ਪੈਸੇ ਹੋ ਗਏ ਨਾ ਕੱਲ ਸ਼ਾਮ ਮੇਰੇ ਲੈ ਗਏ ਉਹ ਪੈਸੇ ਦੇ ਤੇ ਲੈ ਗਈ ਅਸੀਂ ਉਸ ਕੋ ਨਹੀਂ ਡੇਕਿਆ ਉਹ ਮੈਂ ਪੁਲਿਸਾਂ ਦੇ ਬਾਤ ਭਾਈ ਸਿੱਧੀ ਜਿਹੀ ਗੱਲ ਹੈ ਉਹ ਆ ਕੇ ਸੀ ਨਾ ਉਹ ਉਹਦੇ ਖਾਤੇ ਚ ਪਾਓ ਨਾ ਬਈ ਦਾ ਉਹਨੂੰ ਪਤਾ ਹੋਵੇ ਪੈਸੇ ਦੇ ਤੇ ਚੀਜ਼ ਲਾਉਣੀ ਯਾਰ ਦੇਖ ਲੈ ਯਾਰ ਜਵਾਬ ਦੇਣ ਸਿੱਧਾ ਖਾਇਆ ਖੜੇ ਹੁੰਦੇ ਖਰੇ ਵੇ ਤੁਸਾਂ ਭਾਈ ਤੁਹਾਨੂੰ ਮਿਲਦੇ ਆ ਥੋੜੇ ਦੀਆਂ ਤੋਣੀ ਭਾਈ ਖਾਨ ਸਾਹਿਬ ਕੀ ਹਾਲ ਇਹ ਪੈਸੇ ਆ ਗਿਆ ਤੁਹਾਡੇ ਇਹ ਨਾਨਾ ਦੇ ਅਤੇ ਦਹੀ ਦੇ ਅੱਜ ਵਾਲੇ ਦੀ ਅੱਗਾਂ ਜਿਹੜੀ ਬੋਤਲ ਵਾਲੀ ਹਿਸਾਬ ਕਿਤਾਬ ਉਹ ਮੈਂ ਪੁੱਛ ਲਿਆ ਤਾਂ ਮੈਨੂੰ ਪੈਸੇ ਦਿੱਤੇ ਹਨ ਰਾਤ ਨੂੰ ਪਰਸੋਂ ਰਾਤ ਪਤਾ ਨਹੀਂ ਰਾਤ ਆਈ ਬਲਕਿ 2 ਲੀਟਰ ਬੋਤਲ ਇਹਦੇ ਹੈਗੀ ਆ ਨਾ ਮਿਲਸੂ ਸਹੀ ਕਹਿ ਨਵੀਂ ਵੀਡੀਓ ਦੇ ਨਾਲ ਇਨਸ਼ਾਅੱਲਾ ਦੁਆਵਾਂ ਯਾਦ ਰੱਖਣਾ ਨਵੇਂ ਵਲੌਗ ਦੇ ਨਾਲ ਇਨਸ਼ਾਅੱਲਾ ਅਸਾਂ ਵਲੌਗ ਅੱਜ ਬਣਾਇਆ ਛੋਟਾ ਬਈ ਜਿਹੜਾ ਨਾ ਜ਼ਿਆਦਾ ਲੰਬਾ ਹੋਵੇ ਤਾਂ ਦੋਸਤ ਜਿਹੜੇ ਨਾ ਕੁਝ ਆਦਨ ਬਈ ਤੁਸੀਂ ਛੋਟੀ ਵੀਡੀਓ ਬਣਾਈ ਕਰੋ
ਜਿਹੜਾ ਬਈ ਘੱਟ ਟਾਈਮ ਹੋਵੇ। ਅਤੇ ਮੈਂ ਕਿਹਾ ਆਪਣੇ ਦੋਸਤਾਂ ਨੂੰ ਅੱਜ ਛੋਟਾ ਜਿਹਾ ਵਲੌਗ ਬਣਾ ਕੇ ਨਾ ਜਿਵੇਂ ਦਫ਼ਤੀ ਵਾਲਾ ਜਿਹੜਾ ਨਾ ਅਤੇ ਉਹ ਕਰੂੰ। ਅਤੇ ਮੇਰੀ ਇਹ ਅਗਰ ਤੂੰ ਛੋਟਾ ਵਲੌਗ ਮੇਰਾ ਪੂਰਾ ਉਹ ਨਹੀਂ ਵੇਖ ਰਹੇ ਕਿ ਜਾਂ ਫੁੱਲ ਵਾਚ ਨਹੀਂ ਵੇਖ ਰਹੇ ਵੱਲ, ਮੈਂ ਅੱਜ ਤੋਂ ਬਾਅਦ 40 ਮਿੰਟ ਦੀ ਵੀਡੀਓ ਬਣਾ ਯਾਦ ਰੱਖਿਆ। ਅਤੇ ਅੱਜ ਵਾਲੇ ਵਲੌਗ ਦੇ ਥਾਂ ਕਰਨੇ ਪਏ ਐਂਡ ਮਿਲ ਤੂੰ ਕਹਿੰਦਾ ਵਲੌਗ ਦੇ ਨਾਲ ਦੋਵਾਂ ਯਾਦ ਰੱਖਣਾ ਅਤੇ ਬਿਲਕੁਲ ਵਿਰਾਹ ਦੀ ਸਪੋਰਟ ਕਰਨੀ ਹੈ। ਅੱਲਾ ਹਾਫਿਜ਼।